ਪੰਜਾਬ ਪੁਲਿਸ ਜਿੱਥੇ ਪੰਜਾਬ ਦੇ ਲੋਕਾਂ ਦੀ ਕਰਫਿਊ ਦੌਰਾਨ ਲੋਕਾਂ ਦੀ ਛਿੱਲ ਲਾਉਂਦੀ ਵੇਖੀ ਜਾ ਰਹੀ ਸੀ, ਉੱਥੇ ਹੀ ਹੁਣ ਇੱਕ ਹੋਰ ਵੀਡੀਓ ਸਾਹਮਣੇ ਆ ਰਹੀ ਹੈ ਜਿਸ 'ਚ ਇੱਕ ASI ਪਹਿਲਾਂ ਸਕੂਟੀ ਸਵਾਰ ਔਰਤ ਨੂੰ ਰੋਕਦਾ ਹੈ। ਬਸ ਫਿਰ ਰੋਕਣ ਤੋਂ ਪਹਿਲਾਂ ਜਦੋਂ ਪੁਲਿਸ ਮੁਲਾਜ਼ਮ ਆਪਣੇ ਫੋਨ 'ਚ ਉਸ ਔਰਤ ਦੀ ਵੀਡੀਓ ਬਣਾਉਂਦਾ ਹੈ ਤਾਂ ਫਿਰ ਇਸ ਔਰਤ ਦਾ ਗੁੱਸਾ ਸੱਤਵੇਂ ਆਸਮਾਨ 'ਤੇ ਸਵਾਰ ਹੋ ਜਾਂਦਾ ਹੈ। ਇਹੀ ਨਹੀਂ, ਬਸ ਫਿਰ ਔਰਤ ਆਪਣੀ ਸਕੂਟੀ ਉਸ ASI ਦੇ ਪੈਰ 'ਤੇ ਚੜਾ ਜਾਂਦੀ ਹੈ। ਇਸ ਮੁਲਾਜ਼ਮ ਨੂੰ ਗਾਲਾਂ ਵੀ ਉਸ ਔਰਤ ਵੱਲੋਂ ਕੱਢੀਆਂ ਗਈਆਂ। ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀ ਹੈ, ਹਾਲਾਂਕਿ ਇਹ ਕਿੱਥੋਂ ਦੀ ਹੈ ਇਸ ਬਾਰੇ ਪੁਸ਼ਟੀ ਨਹੀਂ ਹੋ ਸਕੀ ਹੈ। ਬਿਊਰੋ ਰਿਪੋਰਟ, ਪੰਜਾਬੀ TV।